ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਦੁਨੀ ਚੰਦ ਤੋਂ ਪੜਨ ਨਿਸਤਾਰਾ ਆ ਉਸ ਦਾ ਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰਿਏ ਜੀ ਚੌਥਾ ਉਹ ਸੂਰਤ ਏ ਕਹਿ ਕੇ ਉੱਪਰ ਉਠੀ ਜਿਵੇਂ ਕੋਈ ਚਾਨਣੇ ਦੀ ਬਣੀ ਹੋਈ ਮੂਰਤ ਆਉਂਦੀ ਹੈ ਇਸ ਉੱਪਰ ਨੂੜ ਦੀ ਜਾਣ ਦੀਆਂ ਲਾਸਾਂ ਦੁਨੀ ਚੰਦ ਦੇ ਨੈਣਾਂ ਵਿੱਚ ਪੈ ਰਹੀਆਂ ਹਨ ਉੱਪਰ ਜਾਂਦੀ ਜਾਂਦੀ ਉਹ ਗਮ ਹੋ ਗਈ ਚਕਰਾਏ ਨੈਣ ਦੁਨੀ ਚੰਦ ਦੇ ਬੰਦ ਹੋ ਗਏ ਦੋਏ ਹੱਥ ਨੈਣਾ ਤੇ ਧਰ ਕੇ ਬਹਿ ਗਿਆ ਕਿੰਨਾ ਚਿਰ ਬੈਠਾ ਰਿਆ ਤੇ ਨੀਂਬੇ ਸੁਧ ਹੋਇਆ ਰਿਆ ਫਿਰ ਉਠਿਆ ਅੱਖਾਂ ਤੇ ਹੱਥ ਫੇਰੇ ਖੋਲੇ ਤੇ ਤੱਕੇ ਉਹ ਸਭ ਨਜ਼ਾਰੇ ਗਮ ਹੋ ਚੁੱਕੇ ਸੀ ਉਜਾੜ ਸੀ ਤੇ ਦੁਨੀ ਚੰਦ ਸੀ ਸਹਜੇ ਸਹਜੇ ਘਰ ਨੂੰ ਮੁੜਿਆ ਰਸਤੇ ਵਿੱਚ ਸਾਰੀ ਸਿਰਬੀਤੀ ਨੂੰ ਸੋਚਦਾ ਤੇ ਮੁੜ-ਮੁੜ ਯਾਦ ਕਰਦਾ ਜਾਵੇ ਆਖੇ ਇਹ ਨਾਨਕ ਸੱਚਮੁੱਚ ਰੱਬ ਦੀ ਜੋਤੀ ਦਾ ਰੂਪ ਹੋਇਆ ਨਾ ਜਦੋਂ ਕਿਸੇ ਨੇ ਇਕੋਤਕ ਕਰਕੇ ਦਿਖਾਏ ਹਨ ਉਸ ਨੂੰ ਪਤਾ ਸੀ ਕਿ ਮੇਰਾ ਪਿਤਾ ਕਿਸੇ ਮਾੜੀ ਦਸ਼ਾ ਵਿੱਚ ਹੈ ਕੀ ਕਿ ਆਸੀ ਉਸ ਸੂਰਤ ਨੇ ਅਤ੍ਰਿਪਤ ਪੋਖ ਵਾਲੀ ਸੂਰਤ ਲੈ ਕੇ ਜੋ ਮੋਇਆ ਜ਼ਮੀਂ ਤੇ ਹੀ ਰਿਆ ਤੇ ਪ੍ਰੇਤ ਪਿੰਜਰ ਵਿੱਚ ਹਾਂ ਸਰੀਰ ਵਰਗੀ ਕਿਸੇ ਦੇਹੀ ਵਿੱਚ ਜੋ ਸੂਖਮ ਹੈ ਪਰ ਸੂਖਮ ਲੋਕਾਂ ਵਿੱਚ ਅਤਿ ਭਾਰੀ ਹੈ ਜਾਂ ਇੱਥੇ ਹੀ ਭੁੱਖੀ ਸੁਰਤ ਵਾਲੇ ਪਸ਼ੂ ਦੇ ਰੂਪ ਵਿੱਚ ਵਿਚਰਦਾ ਰਿਹਾ ਹਾਏ ਸਾਡੀ ਪੁੱਲ ਹੈ ਅਸੀਂ ਆਪਣੇ ਭਾਗ ਲਿਖਣ ਵਾਲੇ ਆਪ ਹਾਂ ਜੇ ਹੀ ਸੁਰਤ ਵਿੱਚ ਅਭਿਆਸ ਕਰਦੇ ਰਹਿੰਦੇ ਹਾਂ ਤਿਹੇ ਹੋ ਜਾਂਦੇ ਹਾਂ ਸੱਚ ਹੈ ਜੇ ਸਾਰਾ ਦਿਨ ਸ਼ਰਾਬ ਖਾਨਿਆਂ ਵਿੱਚ ਰੁੱਲੇ ਤਾਂ ਰਾਤ ਨੂੰ ਸੁਪਨੇ ਦੇਵ ਮੰਦਰਾਂ ਦੇ ਤਾਂ ਨਹੀਂ ਨਾ ਆਉਂਦੇ ਫਿਰ ਸੁਪਨਿਆਂ ਵਿੱਚ ਠੂਠੀਆਂ ਸੁਰਾਈਆਂ ਕਲਾਲਖਾਨੇ ਹੀ ਤਕੀਦੇ ਹਨ ਮੈਂ ਸਾਰਾ ਦਿਨ ਵਿਹਾਰ ਕਰਦਾ ਹਾਂ ਤਾਂ ਵੋਟੀ ਨੇ ਕਈ ਵੇਰ ਦੱਸਿਆ ਹੈ ਕਿ ਤੁਸੀਂ ਸੁੱਤੇ ਪਏ ਵੀ ਗੱਲਾਂ ਕਰਦੇ ਹੋ ਭਾਪ ਪਤੀ ਨਜਿੜਦੇ ਹੋ ਤੇ ਦਸੋਰਾਂ ਦੇ ਹਾਲ ਦੱਸਦੇ ਹੁੰਦੇ ਹੋ ਇਉਂ ਤਾਂ ਮੈਂ ਮਰ ਕੇ ਮੰਡੀਆਂ ਦੇ ਗਰਦ-ਗੁਬਾਰ ਵਿੱਚ ਹੀ ਪਿਆ ਰੁਲਸਾਣਾ ਕਿਸੇ ਦਾ ਕੀ ਦੋਸ਼ ਜੋ ਮੈਂ ਸਾਰੀ ਉਮਰ ਅਭਿਆਸ ਕਰਸਾਂ ਸੋ ਬਣ ਜਾਸ ਨਿਕਾ ਕਿਤੇ ਆਪ ਨੂੰ ਮਾਈ ਨੂੰ ਨਾ ਬਾਪ ਨੂੰ ਅੱਛਾ ਬੀਤ ਗਈ ਜੋ ਬੀਤੀ ਹੋ ਬੀਤੀ ਮੁੜ ਨਹੀਂ ਨਾ ਪਰਤਦੀ ਜੋ ਬਾਕੀ ਹੈ ਉਸਨੂੰ ਸੰਭਾਲਾਂ ਹਾਂ ਉਸ ਦੇਵਤੇ ਸਰੂਪ ਨੇ ਕਿਹਾ ਸੀ ਤੇਰੇ ਘਰ ਜੋਤੀ ਰੂਪ ਬੈਠਾ ਹੈ ਉਸ ਦੀ ਸ਼ਰਨ ਲਵਾਂ ਚਰਨ ਚਲ ਪਕਣਾ ਆਖਾਂ ਭੁੱਲਾ ਹਾਂ ਰਾਹ ਪਾਓ ਵਹ ਕੌਤਕਿਆ ਕਿੰਜ ਔਰ ਪਾਰ ਦਿਖਾ ਦਿੱਤੇ ਸੋ ਤਦੇ ਜਗਤ ਤੇਰਾ ਲੋਹਾ ਮੰਦਾ ਹੈ ਇਸ ਸ਼ਕਤੀ ਦੇ ਮਾਲਕ ਅਗੇ ਕੋਣ ਨਾ ਚੁਕੇ ਧੰ ਤੂੰ ਗੁਰੂ ਨਾਨਕ ਹਾਂ ਉਹ ਕਹਿੰਦੇ ਸਨ ਧੰ ਗੁਰੂ ਨਾਨਕ ਦੇ ਤੂੰ ਧੰ ਗੁਰੂ ਨਾਨਕ ਦੇ ਮੇਰੇ ਨੈਣ ਖੁੱਲੇ ਰਹਿਣ ਜਿੱਡਾ ਮਿੱਠਾ ਪਿਆਰਾ ਪਿਆ ਲੱਗਦਾ ਹੈ ਸਦਾ ਲੱਗਦਾ ਰਹੇ ਸਦਾ ਲੱਗਦਾ ਰਹੇ ਮੈਂ ਹੁਣ ਕੀ ਕਰਸਾਂ ਵਿਹਾਰ ਛੱਡਦੇ ਆਂ ਖੌਣ ਜੋਗਾ ਬਤੇਰਾ ਹੈ ਕਿਸੇ ਬਨ ਵਿੱਚ ਜਾ ਬੈਠਾ ਗੰਗਾ ਗਿਆ ਬਨਾਰਸ ਗੋਕਲ ਮਥਰਾ ਜਾ ਟਿਕਾ ਠਾਕੁਰ ਮੰਦਰ ਰ ਚਲਾਵਾ ਧਨ ਬਤੇਰਾ ਹੈ ਉਸੇ ਮੰਦਰ ਦਾ ਪੁਜਾਰੀ ਹੋ ਕੇ ਦਿਨ ਬਿਤਾ ਲਵਾ ਪਰ ਉਸੂਰਤ ਨੇ ਤਾਂ ਕਿਆ ਸੀ ਭਗਵੰਤ ਜੀ ਦਾ ਨਾਮ ਭਗਵੰਤ ਲਈ ਭਗਤੀ ਭਾਉ ਪਿਆਰ ਵਾਲਾ ਭਗਵੰਤ ਦਾ ਨਾਮ ਨਾਮ ਜਪ ਕੇ ਨਿਮਰਤਾ ਤੇ ਕਿਸੇ ਨੂੰ ਦੁੱਖ ਨਾ ਦੇਣਾ ਹੋ ਸਕੇ ਤਾਂ ਭਲਾ ਕਰਨਾ ਪਰ ਹਾਂ ਸੱਚੀ ਉਸਨੇ ਇਹ ਵੀ ਆਖਿਆ ਸੀ ਕਿ ਗੁਰੂ ਨਾਨਕ ਜੋ ਕਹੇ ਸੋ ਕਰਨਾ ਮੈਂ ਬੋਲਾ ਤਾਂ ਗੁਰੂ ਨਾਨਕ ਦੇ ਜੋ ਹੁਕਮ ਕਰੇ ਸੋ ਕਰਨਾ ਤਾਂ ਮੈਂ ਕਿਉਂ ਸੋਚਾਂ ਕਰਾਂ ਬਲਿਹਾਰੀ ਗੁਰ ਆਪਣੇ ਤੋਂ ਹੋ ਉਸਨੇ ਕਿਹਾ ਸੀ ਗੁਰੂ ਤੋਂ ਬਲਿਹਾਰ ਹੋ ਉਹ ਦੇਵੇਗਾ ਚਾਨਣ ਠੀਕ ਮੇਰੀ ਮਤ ਜੇ ਚਾਨੜੇ ਵਾਲੇ ਹੁੰਦੀ ਤਾਂ ਮੈਨੂੰ ਪਤਾ ਨਾ ਹੁੰਦਾ ਕਿ ਪਿਓ ਕਿੱਥੇ ਐ ਤੇ ਸ਼ਰਾਦ ਕਿੱਥੇ ਪਏ ਹੁੰਦੇ ਹਨ ਮੈਂ ਕੀ ਹਾਂ ਤੇ ਕਰਾਉਣ ਵਾਲੇ ਕੀ ਹਨ ਤੇ ਦਰਗਾਹਾਂ ਦੇ ਕੌਤਕ ਕੀ ਹਨ ਹਨੇਰਾ ਹੀ ਹਨੇਰਾ ਰਿਆ ਚਾਹੋ ਅਕਲ ਪਦਾਰਥਾਂ ਵਿੱਚ ਕਿੰਨੀ ਚਾਨਣਾ ਚਿਰਾਗ ਸੀ ਤੇ ਨੈਣਾ ਅੱਗੇ ਕਿੰਨੇ ਤਾਰੇ ਚੰਦ ਸੂਰਜ ਤੇ ਸ਼ਮਾਦਾਨ ਬਲਦੇ ਹਨ ਵਾਹ ਓਏ ਮਨੁੱਖਾ ਤੇਰੀ ਆਕੜ ਹੈਂਕੜ ਤੇ ਵਾਹ ਤੇਰੀ ਚਾਨੜੇ ਤੇ ਚਾਨਣਿਆ ਹੁੰਦੇ ਸੁੰਦੇ ਹਨੇਰੇ ਹੁਣ ਸੋਚਾਂ ਛੱਡਦੇ ਆ ਸੋਚੋ ਦੂਰ ਜਾਓ ਮੇਰੀਆਂ ਸੋਚਾਂ ਕੀ ਸਾਰ ਦੀਆਂ ਹਨ ਲੱਖਾਂ ਲੱਖਾਂ ਵਾਰ ਭਾਵੇਂ ਪਿਆ ਸੋਚੀ ਜਾਵਾਂ ਮੇਰੀ ਮਤ ਹਨੇਰੇ ਵਿੱਚ ਜੋ ਚਾਨੜਾ ਜਪਿਆ ਹੈ ਇਸ ਬਿਨਾ ਸਦਾ ਹਨੇਰਾ ਹੈ ਉਸ ਸੂਰਤ ਨੇ ਕਿਆਸੀ ਕਿ ਚਾਨਣਾ ਸਤਗੁਰੂ ਪਾਸ ਹੈ ਗੁਰੂ ਨਾਨਕ ਪਾਸ ਹੈ ਗੁਰੂ ਨਾਨਕ ਤੋਂ ਵਰਸਾਏ ਗੁਰਮੁਖਾਂ ਪਾਸ ਹੈ ਗੁਰੂ ਦਾਤਾ ਹੈ ਚਾਨਣ ਦਾ ਗੁਰਮੁਖ ਦਾਤਾ ਹੈ ਚਾਨਣ ਦਾ ਪਰ ਇਸ ਵੇਲੇ ਗੁਰੂ ਤੇ ਗੁਰਮੁਖ ਦੋਹੇ ਸਰੂਪ ਧਾਰ ਕੇ ਉਹ ਸੋਣਾ ਮੈਂ ਮਾਇਆ ਧਾਰੀ ਦੇ ਘਰ ਬੈਠਾ ਹੈ ਤारणहार ਜਗਤ ਦਾ ਤारणहार ਕਲਯੁਗ ਵਿੱਚ ਅਵਤਾਰੀ ਹੋ ਆਇਆ ਹੈ ਇਹ ਉਹ ਹੈ ਭਾਰੀ ਸਮੇਂ ਦਾ ਅਵਤਾਰ ਚੱਲਾ ਮੈਂ ਹੁਣ ਉੱਡ ਕੇ ਆਪਣਾ ਤੇ ਕਰਾਂ ਕੀ ਹਾਂ ਕੀ ਕਰਾਂ ਬਲੇਹਾਰ ਹਵਾਂ ਸਤਗੁਰ ਆਪਨੇ ਤੋਂ ਸਦਕੇ ਹਵਾਂ ਬਸ ਦਿਨੇ ਰਾਤ ਉਸ ਤੋਂ ਵਾਰਾ ਇਹ ਆਪਾ ਜੋ ਅਜ ਤਾਈਂ ਅੰਧਕਾਰ ਵਿੱਚ ਰਿਆ ਜਿਸ ਦੇ ਅੱਜ ਖੁੱਲੇ ਹਨ ਨੈਣ ਕਟੋਰੇ ਤੇ ਜਿਨ੍ਹਾਂ ਵਿੱਚ ਪਿਆ ਹੈ ਅੰਮ੍ਰਿਤ ਧਰੋਂ ਆ ਕੇ ਸਦਕੇ ਸਤਗੁਰ ਨਾਨਕ ਤੋਂ ਬਲੇਹਾਰੀ ਸਦਾ ਸਦਾ ਨਿਤ ਨਿਤ ਸਦਕੇ ਮੈਨੂੰ ਪਸ਼ੂ ਨੂੰ ਮਨੁੱਖ ਬਣਾਇਆ ਸੂ ਮਨੁੱਖ ਨੂੰ ਦੇਵਤਾ ਬਣਾਏਗਾ ਇਹ ਉਹ ਸੁਰਤ ਆਖਦੀ ਸੀ ਨਾ ਸਤਗੁਰ ਪਸ਼ੂ ਪਰੇ ਤੋਂ ਚੁੱਕ ਕੇ ਦੇਵਤਾ ਕਰ ਲੈਂਦਾ ਹੈ ਧੰ ਗੁਰੂ ਨਾਨਕ ਉੱਡ ਚੱਲਾਂ ਸਦਕੜੇ ਹੋਵਾਂ ਅੱਖਾਂ ਚਰਨਾਂ ਵਿੱਚ ਸਮਾਲ ਐ ਨਾਲੀ ਲਾਲ ਐ ਜਿਵੇਂ ਲੱਗ ਜਾਂਦੀ ਹੈ ਸੋਹਣੀ ਪਾਵਨ ਤੂੜ ਹਾਂ ਤੇਰੇ ਚਰਨਾਂ ਨਾਲ ਤੂੜੀ ਹੋ ਕੇ ਹੀ ਲੱਗ ਜਾਵਾਂ ਮੈਂ ਤੂੜੀ ਹਾਂ ਨਾ ਮਾਲੀ ਇਸ ਤਰ੍ਹਾਂ ਕਦੇ ਸੋਚਦਾ ਕਦੇ ਉਸ ਦਰਸ਼ਨ ਨੂੰ ਨੈਣਾ ਅੱਗੇ ਫੇਰ-ਫੇਰ ਦੇਖਦਾ ਦੁਨੀ ਚੰ ਟੁਰੀ ਜਾ ਰਿਹਾ ਹੈ ਰਾਹ ਵਿੱਚ ਕਈ ਸਿਆਣੂਆਂ ਨੇ ਬੁਲਾਇਆ ਪਰ ਆਪਣੇ ਲੋਰ ਵਿੱਚ ਉਸ ਨੂੰ ਪਤਾ ਨਹੀਂ ਲੱਗਾ ਤਾਂ ਹੀ ਪਤਾ ਲੱਗਾ ਜਾਂ ਘਰ ਆ ਪਹੁੰਚਾ ਮਰਦਾਂਵੇਂ ਦੀਵਾਨਖਾਨੇ ਵਿੱਚ ਗੁਰੂ ਜੀ ਬੈਠੇ ਸਨ ਮਰਦਾਨਾ ਨਿੱਕੀ-ਨਿੱਕੀ ਸੁਰ ਵਿੱਚ ਆਪਣੇ ਸਾਜ਼ ਦੀ ਸੁਰ ਲਾ ਰਿਹਾ ਸੀ ਅੰਦਰ ਦੁਨੀ ਚੰਦ ਦੀ ਵੋਟੀ ਤੇ ਕਬੀਲਾ ਉਡੀਕ ਰਹੇ ਸਨ ਕਿ ਕਦੋਂ ਮੁੜ ਕੇ ਆਵੇ ਤੇ ਸਾਰੇ ਅਨਮੂਹ ਪਾਈਏ। ਜਾਂ ਦੁਨੀ ਚੰਦ ਆਇਆ ਤਾਂ ਅੰਦਰ ਨਾ ਗਿਆ ਪਰ ਗੁਰੂ ਬਾਬੇ ਦੇ ਚਰਨਾਂ ਨੂੰ ਲਿਪਟ ਗਿਆ। ਧੰ ਤੂੰ ਧੰ ਤੂੰ ਧੰ ਤੂੰ ਆਖਦਾ ਜਾਏ ਤੇ ਚਰਨਾਂ ਨੂੰ ਐਉ ਚਿੰਬੜਦਾ ਜਾਏ ਜਿਵੇਂ ਬਾਲ ਮਾਂ ਦੇ ਗਲ ਨੂੰ ਚੰਬੜਦਾ ਹੈ। ਹੇ ਗੁਰੂ ਨਾਨਕ ਦੇ ਮੇਰੀ ਉਹਾ ਗੱਲ ਕਰ ਜਿਤ ਤੂੰ ਨਾ ਵਿਸਰੇ। ਮੈਂ ਤੇ ਥੋਂ ਬਲਿਹਾਰ ਹੁੰਦਾ ਰਹਾ ਗੁਰੂ ਬਾਬੇ ਨੇ ਸਿਰ ਤੇ ਹੱਥ ਫੇਰਿਆ ਆਖਿਆ ਦੁਨੀ ਚੰਦ ਉਠ ਹੁਸ਼ਿਆਰ ਹੋ ਕਰਤਾਰ ਪਾਲੀ ਕਰੇਗਾ ਤੇਰੀ ਰਹਿ ਬਣ ਆਵੇਗੀ ਪੁੱਤ ਸੇਤੀ ਘਰ ਜਾਏਗਾ ਤੂੰ ਹੁਸ਼ਿਆਰ ਹੋ ਦੁਨੀ ਚੰਦ ਮੈਨੂੰ ਹੈ ਜਾਣੀ ਜਾਣ ਗੁਰੂ ਹਨੇਰਾ ਨਾ ਪਵੇ ਭੁਲੇਵਾ ਨਾ ਆਵੇ ਤੇਰੀ ਸਿਆਣ ਮੈਂ ਥੋਂ ਨਾ ਗਵਾਜ ਜਾਵੇ ਜੇ ਮੇਰੀ ਨਜ਼ਰ ਖੋਲੀ ਹਈ ਔਰ ਪਰ ਦਿਖਾਇਆ ਹਈ ਤੇ ਜੋ ਤੂੰ ਹੋ ਕੇ ਦਿਸਿਆ ਹੈ ਸਦਾ ਦਿਸਦਾ ਰਹੋ ਏ ਸਤਿਗੁਰੂ ਏ ਚਾਨਣਾ ਦੇਣ ਵਾਲੇ ਮੈਨੂੰ ਇਹ ਭੁਲੇਵਾ ਨਾ ਪਵੇ ਜੋ ਤੁਦ ਨੂੰ ਜੋ ਤੋਂ ਛੁੱਟ ਕੁਛ ਹੋਰ ਵੇਖਾਂ ਹਾਂ ਵੇਖਾਂ ਆਪਣਾ ਤੇ ਪਿਆਰ ਗੁਰੂ ਬਾਬਾ ਦੁਨੀ ਚੰਦ ਹੁਸ਼ਿਆਰ ਹੋ ਕਰਤਾਰ ਭਲੀ ਕਰੇਗਾ ਜਹ ਅੰਦਰ ਪਰਿਵਾਰ ਭੁੱਖਾ ਹੈ ਤੈਨੂੰ ਉਡੀਕਦਾ ਹੈ ਜਹ ਤੂੰ ਵੀ ਅਨ ਖਾਓ ਤੇ ਪਰਿਵਾਰ ਦੇ ਮੂੰਹ ਵੀ ਪਾਓ ਦੁਨੀ ਚੰਦ ਸਦ ਬਚਨ ਮੇਰੇ ਦਾਤਾ ਜੀ ਜੋ ਤੂੰ ਦੇਨੂ ਪਾਵੇ ਮੈਂ ਸੋਈ ਉਹ ਗੱਲ ਕਰਾਂ ਦਾਤਾ ਜੀ ਉਹ ਉਹ ਕੁਝ ਕਰਾਂ ਪਰ हे ਗਰੀਬ ਨਿਵਾਜ ਤੁਸੀਂ ਵੀ ਅਨ ਪਾਓ ਨਾ ਤੁਸੀਂ ਪਾਓ ਤਾਂ ਪਰਿਵਾਰ ਪਾਵੇ ਨਾ ਮੇਰਾ ਕੁਟੰਬ ਤੂੰ ਸਾਖ ਤੂੰ ਸਜਣ ਤੂੰ ਸਹਿਣ ਤੂੰ ਮੇਰਾ ਮਾਣ ਤਾਣ ਹੁਣ ਤੁਦੇ ਉੱਤੇ ਹੈ ਅੰਦਰ ਘਰ ਦੇ ਚੱਲ ਚਰਨ ਪਾ ਅਨ ਜਿਓ ਫਿਰ ਤੁਦੇ ਦਾ ਬਚਿਆ ਪਰਿਵਾਰ ਖਾਵੇ ਤੇਰਾ ਸਦਕਾ ਹੁਣ ਮੈਂ ਤੇਰੇ ਚਰਨਾਂ ਦਾ ਸਦਕਾ ਖਾਸਾਂ ਮੇਰੀ ਕਮਾਈ ਮੈਲੀ ਹੈ ਤੂੰ ਤੋ ਦੇ ਇਹ ਪ੍ਰੇਮ ਦੀ ਬੇਬਲਤਾ ਤੇ ਵਿਆਕੁਲਤਾ ਵੇਖ ਕੇ ਮੇਰਾ ਦੇ ਸਾਈਂ ਦੇ ਨੈਣ ਸਰਵੇ ਹੋ ਗਏ ਜਲ ਨਾਲ ਤੇ ਉਠ ਖੜੋ ਤੇ ਜਲ ਮਰਦਾਨਿਆਂ ਅੱਜ ਤੈਨੂੰ ਸ਼ਰਧ ਖੁਲਾਈਏ ਅੱਗੇ-ਅੱਗੇ ਦੁਨੀ ਚੰਦ ਸਿਰ ਨੀਵਾ ਹੱਥ ਜੋੜੇ ਮਗਰ-ਮਗਰ ਗੁਰੂ ਬਾਬਾ ਮਹਿਰਾਂ ਦੇ ਘਰ ਵਿੱਚ ਆਇਆ ਹੋਇਆ ਜਾ ਰਿਹਾ ਹੈ ਨਦੀਆਂ ਦੇ ਕਿਨਾਰੇ ਬਨਾਂ ਦੀਆਂ ਮਲ ਗੁਜ਼ਾਰਾਂ ਵਿੱਚ ਵਿਚਰਨ ਵਾਲਾ ਅਮੀਰੀ ठाਠ ਦੇ ਘਰ ਅੰਦਰ ਨੂੰ ਜਾ ਰਿਹਾ ਹੈ ਜਾਨ ਡਰ ਗਏ ਤਾਂ ਦੁਨੀ ਚੰਦ ਨੇ ਇਸਤਰੀ ਨੂੰ ਕਹਾ ਕੇ ਆਖਿਆ ਗੁਰੂ ਸੱਚੇ ਗੁਰਦੇਵ ਦੇ ਚਰਨੀ ਪੈ ਜਾ ਕਰ ਵਾਲੀ ਸੁਗੜ ਸੁਚੱਜੀ ਤੇ ਪਤੀ ਦੀ ਪਿਆਰੀ ਸੀ ਸਿਰਤਾਜ ਦਾ ਰੰਗ ਰੂਪ ਤੇ ਆਵਾਜ਼ ਬਦਲੇ ਡਿਠੇ ਕੋਈ ਮਿਠਾਸ ਕੋਈ ਨਿੰਮਕੀ ਕੋਈ ਨਿਮਰਤਾ ਤੇ ਕੋਈ ਦਰਦ ਭਰੀ ਪਿਆਰ ਦੀ ਚਰਨਾਟ ਪਤੀ ਦੀ ਆਵਾਜ਼ ਵਿੱਚ ਤੱਕੀ ਉਸ ਤੇ ਦੂਜੀ ਛੰਦ ਗੁਰੂ ਬਾਬੇ ਦੇ ਚਰਨਾ ਤੇ ਟੈਠੀ ਸੱਚੇ ਤਾਰਨ ਹਾਰ ਨੇ ਆਵਾਜ਼ਾ ਦਿੱਤਾ ਕਰਤਾਰ ਪਾਲੀ ਕਰੇ ਨਿਰੰਕਾਰ ਪਾਲੀ ਕਰੇ ਉਠੋ ਬੇਟਾ ਹੁਸ਼ਿਆਰ ਹੋ ਲਿਆਨ ਪਾਣੀ ਖੁਲਾ ਪਤੀ ਦੇ ਮੂੰਹ ਵੀ ਪਾ ਸਵੇਰ ਦਾ ਭੁੱਖਾ ਹੈ ਭੁੱਖਿਆਂ ਦੀ ਭੁੱਖ ਟਾਵਣ ਲਈ ਭੁੱਖਿਆਂ ਨੂੰ ਖੁਲਾ ਖੁਲਾ ਕੇ ਨਾ ਤਾਂ ਭੁੱਖਿਆਂ ਨੂੰ ਹੀ ਤ੍ਰਿਪਤੀ ਦੇ ਸਕਿਆ ਤੇ ਨਾ ਆਪ ਹੀ ਤ੍ਰਿਪਤਿਆ ਸਾਰੇ ਭੁੱਖੇ ਹੀ ਰਹੇ ਉਠੀ ਬਚੜਾ ਪ੍ਰਸ਼ਾਦ ਲਿਆਓ ਅਨ ਪ੍ਰਸ਼ਾਦ ਹੈ ਸੱਚੇ ਪਾਤਸ਼ਾਹ ਦਾ ਨਿਰੰਕਾਰ ਦਾ ਰਿਜ਼ਕ ਸਾਰਾ ਦਾਤ ਹੈ ਪ੍ਰਸ਼ਾਦ ਹੈ ਇਹ ਬਚਨ ਸੰ ਕੇ ਅੰਮ੍ਰਿਤ ਸਰੋਵਰ ਤੋਂ ਛੁੱਟ ਪਏ ਨਿੱਕੀ ਬਰੀਕ ਫੁਹਾਰ ਦੇ ਫੁਹਾਰੇ ਸਨ ਜੋ ਸਰਵਣਾ ਤੇ ਪੈ ਕੇ ਅੰਦਰ ਠੰਡਾ ਠਾਰ ਕਰ ਗਏ ਭੁੱਖ ਦੀ ਵਿਆਕੁਲਤਾ ਦੂਰ ਕਰ ਕੇ ਅਨ ਖਾ ਕੇ ਤ੍ਰਿਪਤੀ ਦਾ ਹੈ ਪਰ ਦੇਖੋ ਗੁਰੂ ਬਾਬੇ ਦੇ ਬਚਨਾਂ ਨੇ ਭੁੱਖ ਦੀ ਵਿਆਕੁਲਤਾ ਦੂਰ ਕਰ ਦਿੱਤੀ ਠੰਡੇ ਜਿਗਰੇ ਸਵਾਦ ਭਾਰੇ ਮਨ ਨਾਲ ਬੀਬੀ ਗਈ ਥਾਲ ਪਾ ਕੇ ਲੈ ਆਈ ਗੁਰੂ ਬਾਬੇ ਅੱਗੇ ਧਰ ਕੇ ਬਹਿ ਗਈ ਇੱਕ ਪਾਸੇ ਦੁਨੀ ਚੰਦ ਕਿਸੇ ਹੋਰ ਰੰਗਰਤਾ ਹੱਥ ਜੋੜ ਕੇ ਬਹਿ ਗਿਆ ਗੁਰੂ ਬਾਬੇ ਨੇ ਥਾਲ ਵਿੱਚੋਂ ਕੁਛ ਚਾਇਆ ਤੇ ਦੁਨੀ ਚੰਦ ਦੇ ਹੱਥ ਤਰਿਆ ਤੇ ਆਖਿਆ ਖਾਓ ਸਾਈਂ ਦਾ ਦਿੱਤਾ ਪ੍ਰਸ਼ਾਦ ਫਿਰ ਕੁਛ ਚਾਇਆ ਤੇ ਭਗਵੰਤੀ ਦੇ ਹੱਥ ਤਰਿਆ ਆਖਿਆ ਬੇਟਾ ਛਕੋ ਪ੍ਰਸ਼ਾਦ ਹੈ ਨਿਰੰਕਾਰ ਦਾ ਫਿਰ ਕੁਛ ਮਰਦਾਨੇ ਦੇ ਹੱਥ ਤਰਿਆ ਆਖਿਆ ਸ਼ਬਦ ਦੇ ਰਸੀਆ ਲੈ ਅਨਮੂਪਾ ਖਾਣਾ ਪੀਣਾ ਪਵਿੱਤਰ ਹੈ ਦਿੱਤੁਨ ਰਿਜਕ ਸੰਭਾਏ ਖਾ ਕੀਵਾ ਹੋ ਜਪ ਤੇ ਕੀਰਤਨ ਕਰ ਏ ਕਹਿ ਕੇ ਉਪਰ ਤਕਿਆ ਰਸੀਲੇ ਨੈਣ ਪਰ ਆਏ ਸੋਹਣੇ ਗਲੇ ਤੋਂ ਆਵਾਜ਼ ਆਈ ਤਨ ਨਿਰੰਕਾਰ ਤੇ ਥੋੜਾ ਜਿਹਾ ਅੰਨ ਆਪਣੇ ਹੱਥ ਤੇ ਧਰ ਕੇ ਜਗਤ ਦੇ ਰਿਜਕ ਦਾਤਾ ਨੇ ਮੂੰਹ ਪਾਇਆ ਜਗਤ ਨੂੰ ਖਿਲਾ ਕੇ ਖਾਣ ਵਾਲੇ ਨੇ ਖੁਲਾ ਕੇ ਆਪ ਚਖਿਆ ਦਾਸਾਂ ਨੂੰ ਕੀਰਤ-ਕਿਰਤ ਕੀਤਾ ਫਿਰ ਬੋਲੇ ਭਾਗਵੰਤੀ ਜਾ ਬੇਟਾ ਅੰਦਰ ਪਰਿਵਾਰ ਦੀ ਭੋਖਾ ਰੋ ਭਾਗਵੰਤੀ ਚਲੀ ਗਈ ਦੁਨੀ ਚੰਦ ਬਾਦਸ਼ਾਹ ਸੋਹਣੇ ਸੁਲਤਾਨਾ ਕੋਈ ਆਗਿਆ ਬਖਸ਼ੋ ਗੁਰੂ ਬਾਬੇ ਕੌਤਖਾਰ ਨੇ ਮਰਦਾਨੇ ਤੋਂ ਇੱਕ ਮੰਗੀ ਸੂਈ ਮਰਦਾਨੇ ਨੇ ਰਬਾਬ ਦੀ ਕੰਡ ਵਿੱਚ ਵੇਲੇ ਕੋਵੇਲੇ ਲਈ ਮੋਮ ਲਾ ਕੇ ਖੋਬੀ ਹੋਈ ਸੂਈ ਕੱਢ ਦਿੱਤੀ ਸੱਚੇ ਪਾਤਸ਼ਾਹ ਨੇ ਦੁਨੀ ਚੰਨ ਨੂੰ ਦੇ ਕੇ ਕਿਹਾ ਇਹ ਸੋਈ ਲੈ ਜਾ ਤੇ ਸਾਂਭ ਰੱਖ ਜਦੋਂ ਸਾਨੂੰ ਅਗਲੇ ਲੋਕ ਮਿਲੇਗਾ ਤਾਂ ਅਸੀਂ ਲੈ ਲਵਾਂਗੇ ਦੁਨੀ ਚੰਨ ਨੇ ਸਿਰ ਨਵਾ ਕੇ ਲੈ ਲਈ ਕੁਝ ਨਹੀਂ ਸੋਚ ਫੁਰੀ ਸਤਗੁਰ ਦੇ ਪਿਆਰ ਰੰਗ ਵਿੱਚ ਰਤਾ ਕੇਵਲ ਆਗਿਆ ਮੰਨਣ ਦੇ ਸਵਾਦ ਵਿੱਚ ਮੱਤਾ ਸਤਿਬਚਨ ਕਹਿ ਕੇ ਅੰਦਰ ਚਲਾ ਗਿਆ ਭਾਗਵੰਤੀ ਪਰਿਵਾਰ ਨੂੰ ਰੋਟੀ ਪਾਣੀ ਦੇ ਰਹੀ ਸੀ ਦੁਨੀ ਚੰਦ ਨੇ ਕਿਹਾ ਇਹ ਕੰਮ ਕਿਸੇ ਹੋਰਸ ਨੂੰ ਦੇ ਤੇ ਮੇਰੇ ਨਾਲ ਅੰਦਰ ਚੱਲ ਪਹਿਲਾ ਕੰਮ ਗੁਰੂ ਜੀ ਦਾ ਕਰਨਾ ਹੈ ਭਾਗਵੰਤੀ ਅੰਦਰ ਜਾ ਕੇ ਦੱਸੋ ਸ਼ਾਹ ਜੀ ਕੀ ਆ ਗਿਆ ਹੈ ਗੁਰੂ ਬਾਬੇ ਜੀ ਦੀ ਦੁਨੀ ਚੰਦ ਐ ਸੂਈ ਦਿੱਤੀ ਨੇ ਕਿ ਸਾਂਭ ਰੱਖੋ ਭਾਗਵੰਤੀ ਹਰਿਆਣ ਹੋ ਕੇ ਕਿਸ ਅਰਥ ਦੁਨੀ ਚੰਦ ਆਕਦੇ ਹਨ ਕਿ ਅਗਲੇ ਲੋਕ ਵਿੱਚ ਤੇ ਥੋਂ ਲੈ ਲਵਾਂਗੇ ਭਾਗਵੰਤੀ ਪਤੀ ਜੀ ਸਤਗੁਰੂ ਨਾਨਕ ਡਾਡਾ ਪੂਰਾ ਤੇ ਕੌਤਕ ਹਾਰ ਹੈ ਇਹ ਉਹਨਾਂ ਕੋਈ ਰਮਜ਼ ਪਾਈ ਹੈ ਸਾਡਾ ਭਲਾ ਕਰਨ ਵਾਸਤੇ ਉਸ ਨੂਰ ਚਮਕਦੇ ਮੱਥੇ ਦੇ ਮੈਂ ਸਾਰੀ ਸਦਕੇ ਗਈ ਉਸ ਮਿਹਰ ਮੀ ਵਸਾਉਂਦੇ ਨੈਣਾ ਤੋਂ ਕੋਹਲੀ ਕੱਤੀ ਪਤੀ ਜੀਓ ਸੋਈ ਲੈ ਜਾਓ ਤੇ ਆਖੋ ਕੇ ਮਹਾਰਾਜ ਜੀਓ ਇਹ ਅਗਲੇ ਲੋਕ ਨਾਲ ਕਿਵੇਂ ਜਾਵੇਗੀ ਜਿੱਥੇ ਸ਼ਰੀਰ ਵੀ ਨਾਲ ਨਹੀਂ ਜਾਣਾ ਉਹ ਮਿਹਰ ਕਰਕੇ ਕੋਈ ਚਾਨਣਾ ਸਾਡੇ ਮੀਠੇ ਲੈਣਾ ਨੂੰ ਦੇਣਗੇ ਦੁਨੀ ਚੰਨ ਨੂੰ ਵੀ ਸੋਜੀ ਆ ਗਈ ਵੋਟੀ ਦਾ ਪਿਆਰ ਤੇ ਸੁਚੱਜੀ ਗੱਲ ਵੀ ਪਾ ਗਈ ਉਸ ਦੀ ਗੁਰੂ ਪਰ ਆਪੇ ਹੀ ਹੋਈ ਸ਼ਰਦਾ ਡਾਡੀ ਪਿਆਰੀ ਲੱਗੀ ਉਸ ਅਖੇ ਮੈਂ ਕੋਤਕ ਤੱਕ ਕੇ ਸ਼ਰਦਾ ਧਾਰੀ ਇਸ ਦੀਦਾਰ ਪਾ ਕੇ ਹੀ ਸ਼ਰਦਾ ਧਾਰ ਲਈ ਤਨ ਹੈ ਇਸ ਦੀ ਕਮਾਈ ਜਾਂ ਗੁਰੂ ਬਾਬੇ ਨੂੰ ਆ ਕੇ ਗੱਲ ਸੁਣਾਈ ਉਸ ਤਾਂ ਆਪ ਬੋਲੇ ਦੁਨੀ ਚੰਦ ਤੇਰੇ ਘਰ ਉਤੇ ਸਤ ਤਜਾਂ ਕਾਸ ਦੀਆਂ ਹਨ ਦੁਨੀ ਚੰਦ ਭੁਲੇਵਾ ਪਾਉਣ ਵਾਲੀ ਭਗਿਆੜਨ ਭੁਖਲਾ ਕੇ ਭੁਖੀ ਭੁਖ ਵਧਾਈ ਜਾਣ ਵਾਲੀ ਮਾਇਆ ਦੇ ਸੱ ਠੇਰਾਂ ਤੇ ਸਤ ਲਖ ਦੀਆਂ ਸਤ ਤੁਜਾਂ ਹਨ ਗੁਰੂ ਜੀ ਇਹ ਕੀ ਕੋ ਨਾਲ ਲੈ ਜਾਏਗਾ ਜੇ ਸੋਈ ਨਹੀਂ ਉਹ ਲਜਾਈ ਜਾਂਦੀ ਦੁਨੀ ਚੰਦ ਪਾਤਸ਼ਾ ਜੀ ਹੁਣ ਦੇ ਦਿਨ ਦਿਲ ਖੁਸ਼ੀ ਹੈ ਜੋ ਮੇਰੇ ਪਾਸ ਲੱਖਾਂ ਹਨ ਜਗਤ ਵਿੱਚ ਨਮੂਜ਼ ਹੈ ਚਾਰ ਸ਼ਰੀਰ ਨਾਲ ਟੁਰਦੇ ਹਨ 10 ਬਾਵਾ ਮੇਰੇ ਵੱਲ ਹਨ ਬਾਕੀ ਨਾਲ ਨਾ ਪਿਓ ਲੈ ਗਿਆ ਨਾ ਮੈਂ ਲੈ ਜਾਣੀ ਹੈ ਹੁਣ ਤਾਂ ਸੋਜੀ ਤੇਰੀ ਦਿੱਤੀ ਸੋਜੀ ਹੋ ਆਈ ਹੈ ਉਸ ਨੇ ਲੈ ਤਰਸ ਦੇ ਨੈਣਾ ਤੇ ਹੋ ਕੇ ਪਾਰੇ ਦਿਲ ਨਾਲ ਇੱਥੇ ਹੀ ਛੱਡ ਕੇ ਖਾਲੀ ਹੱਥ ਝਾੜ ਤੁਰ ਜਾਂਦਾ ਹੈ ਸਭ ਕੋਈ ਗੁਰੂ ਜੀ ਠੀਕ ਹੈ ਦੁਨੀ ਚੰਦ ਇਸ ਸਮਝੇ ਪਰ ਦ੍ਰਿੜਤਾ ਚਾਹੀਏ ਮਿੱਤਰ ਬੰਦੇ ਦੇ ਤਿੰਨ ਹਨ ਧਨ ਕੁਟੰਬੀ ਤੇ ਕਰਮ ਮਰਨ ਤੱਕ ਧਨ ਮਿੱਤਰ ਹੈ ਸ਼ਰੀਰ ਸਾੜਨ ਤੱਕ ਦੇ ਕੁਟੰਬੀ ਤੇ ਦੋਸਤ ਮਿੱਤਰ ਹਨ ਅੱਗੇ ਕਰਮ ਮਿੱਤਰ ਹਨ ਜਿਨ੍ਹਾਂ ਭਲੇ ਕੀਤੇ ਸੁਖ ਪਾਇਆ ਔਰ ਜਿਸ ਨੇ ਸਿਰ ਕਰਮਾਂ ਦੇ ਕਰਮ ਨਾ ਮਾਰਾ ਦਿਆ ਉਹ ਸਾਈਂ ਦੀ ਚਰਨੀ ਪਹੁੰਚਦਾ ਹੈ ਸਾਈਂ ਦਾ ਨਾਮ ਸਾਈਂ ਦਾ ਪਿਆਰ ਹੈ ਪਿਆਰ ਪ੍ਰੀਤਮ ਨਾਲ ਮੇਲਦਾ ਹੈ ਦੁਨੀ ਚੰਦ ਹੁਣ ਆਪਣੀ ਮਿਹਰ ਵਿੱਚ ਲੈ ਲਓ ਗੁਰੂ ਜੀ ਦੁਨੀ ਚੰਦ ਉਮਰਾ ਮੇਰੀ ਬੀਤੀ ਹੈ ਦਰਬ ਸੰਚਨ ਵਿੱਚ ਮਨ ਨੂੰ ਮੋਹ ਹੈ ਇਸ ਨਾਲ ਡੂੰਗਾ ਜਿਵੇਂ ਸਰਪਣੀ ਦੀ ਲਪੇਟ ਹੁੰਦੀ ਹੈ ਇਸ ਤਰ੍ਹਾਂ ਜੋ ਕੰਮ ਨਿਤ ਕਰੀਏ ਉਸ ਦੀ ਲਪੇਟ ਵੱਜਦੀ ਹੈ ਮਨ ਜੇ ਤੂੰ ਮਨ ਨੂੰ ਉਸ ਸੁਭਾਅ ਵਿੱਚੋਂ ਕੱਢਣਾ ਹੈ ਉਸ ਪੱਕ ਗਈ ਆਦਤ ਦੇ ਫੰਦੇ ਤੋਂ छुड़ाਉਣਾ ਹੈ ਤਾਂ ਉਸ ਤੋਂ ਪੁੱਠਾ ਕੰਮ ਕਰ ਇਸ ਸੰਜੀ ਹੋਈ ਨੂੰ ਸਾਈਂ ਦੀ ਸੇਵਾ ਵਿੱਚ ਲਾ ਦੇ ਸੰਜੀ ਹੋਈ ਖਲੇਰ ਦੇ ਛੱਟ ਨਾ ਪਾ ਇਹ ਸੇਵਕਣੀ ਹੈ ਸਾਈਂ ਨਮਿਤ ਸਾਈ ਪਿਆਰਿਆਂ ਦੀਆਂ ਲੋਣਾ ਪੂਰਨ ਕਰਨ ਹਿਤ ਲੁਟਾ ਦੇ ਸਾਰੀ ਸੱਚ-ਸੱਚ ਕੇ ਇਕੱਠੀ ਕੀਤੀ ਹੋਈ ਸਾਨੂੰ ਪਤਾ ਹੈ ਕਿ ਤੂੰ ਜ਼ੋਰ ਜ਼ੁਲਮ ਨਾਲ ਇਕੱਠੀ ਨਹੀਂ ਕੀਤੀ ਮਨਸਾ ਦੀ ਰਤ ਨਹੀਂ ਨਚੋੜੀ ਪਰ ਤੂੰ ਆਪਣੇ ਆਪ ਦੀ ਰਤ ਨਚੋੜ-ਨਚੋੜ ਕੇ ਸੋਚਾਂ ਵਿਚਾਰਾਂ ਵਿੱਚ ਲਾ ਲਾ ਕੇ ਚਾਲਾਕੀਆਂ ਨਾਲ ਸੰਜੀ ਹੈ ਮਨ ਦੀ ਵਹਿਬਤ ਤੇ ਲਪੇਟ ਇਸ ਨਾਲ ਕਰੜੀ ਪੈ ਗਈ ਜੇ ਲੁਟਾ ਸਕੇ ਤਾਂ ਮਨ ਮੁਰਦਿਆਂ ਵਿੱਚੋਂ ਜੀ ਉਠੇਗਾ ਫਿਰ ਆਪਣੀ ਉਪਜੀਵ ਕਾ ਧਰਮ ਆਸਰੇ ਕਰ ਤਿਖਾ ਤੈਨੂੰ ਕਮੀ ਕਾਈ ਨਹੀਂ ਦੇਖ ਜੋਖ ਮੰਨਲ ਦੇਖ ਜੋਖ ਮੰਨਲ ਕਰ ਸਕਦਾ ਹੈ ਇਹ ਹਾਂ ਇਸਤਰੀ ਨਾਲ ਵੀ ਗਿਣ ਗੱਠ ਲੈ ਦੁਨੀ ਚੰਦ ਏ ਗੁਰੂ ਨਾਨਕ ਦੇਵ ਏ ਮੇਰੇ ਮਾਲਕ ਮੈਨੂੰ ਦਿਸਦਾ ਰਉ ਜਿਵੇਂ ਉਹ ਸੋਹਣੀ ਸੂਰਤ ਨੇ ਦਿਖਾਇਆ ਹੈ ਤੂੰ ਮੈਨੂੰ ਦੌਲਤ ਨਾਲ ਮੇਰਾ ਪਿਆਰ ਹੈ ਪਰ ਤੇਰੇ ਚਰਨਾਂ ਦਾ ਪਿਆਰ ਇਸ ਵੇਲੇ ਬਹੁਤ ਹੈ ਕੋਲ ਕਤੇ ਸਤ ਲਖ ਤੇਰੇ ਚਰਨਾਂ ਤੋਂ ਸਤ ਕਰੋੜ ਵਾਰ ਸਟੇ ਤੇਰੇ ਹੁਕਮ ਤੋਂ ਇਸਤਰੀ ਨੂੰ ਆਗਿਆ ਹੈ ਤਾਂ ਪੁੱਛ ਲੈਂਦਾ ਹਾਂ ਪਰਦਾਤਾ ਤੇਰੇ ਹੁਕਮ ਵਿੱਚ ਮੈਂ ਹਾਂ ਮੇਰੇ ਵਿੱਚ ਉਹ ਹੈ ਉਸੇ ਸਰੇਗੀ ਤੇਰੀ ਆਗਿਆ ਦੇ ਚਰਨਾਂ ਉੱਪਰ ਗੁਰੂ ਜੀ ਜਾ ਭਾਈ ਜਗਤ ਦੀ ਮਾਲਕ ਮਾਇਆ ਤੋਂ ਛੁੱਟਣਾ ਹੈ ਦੋਵੇਂ ਵਿਚਾਰ ਕਰ ਲਓ ਦੁਨੀ ਚੰ ਜਿਵੇਂ ਹੁਕਮ ਕਹਿੰਦਾ ਅੰਦਰ ਗਿਆ ਪਰਿਵਾਰ ਵਿਦਾ ਹੋ ਚੁੱਕਾ ਸੀ ਭਾਗਵੰਤੀ ਇਕੱਲੀ ਬੈਠੀ ਸੀ ਪਤੀ ਜੀ ਤੋਂ ਗੁਰੂ ਆਗਿਆ ਸੁਣ ਕੇ ਬੋਲੀ ਮੇਰੇ ਸੋਹਣੇ ਮਾਲਕ ਜੀਓ ਜੇ ਗੁਰੂ ਜੀ ਹੁਕਮ ਕਰਨ ਮੈਂ ਵੀ ਮਾਇਆ ਹਾਂ ਤਾਂ ਮੈਨੂੰ ਵੀ ਰਾਵੀ ਵਿੱਚ ਰੋੜ ਦੇ ਤਾਂ ਮੈਂ ਹੁਕਮ ਉਤੇ ਆਪ ਛਾਲ ਮਾਰਾਂਗੀ ਜੇ ਤੁਦੈ ਨੂੰ ਰੋੜਨ ਕਰਕੇ ਪਾਪ ਨਾ ਲੱਗੇ ਦੌਲਤ ਮਰਦ ਖੜਦਾ ਹੈ ਤੇ ਪਿਆਰੀ ਬਹੁਤੀ ਤ੍ਰਿਮਤ ਨੂੰ ਹੁੰਦੀ ਹੈ ਪਰ ਤੇਰੀ ਤ੍ਰਿਮਤ ਤੇਰੇ ਤੇ ਪਰ ਤੇਰੀ ਤ੍ਰਿਮਤ ਤੇਰੇ ਤੇ ਸਤਿਗੁਰਾਂ ਦੇ ਹੁਕਮ ਦੀ ਬੰਦੀ ਹੈ ਲੁਟਾ ਦੇ ਬਚਨ ਤੋਂ ਇਕੱਠੀ ਕੀਤੀ ਹੋਈ ਮੈਲ ਤੂੰ ਕਿਰਤ ਕਰੀ ਮੈਂ ਪਕਾਵਾਂਗੀ ਗੁਰੂ ਬਾਬੇ ਦੇ ਸੋਹਣੇ ਦਰਸ਼ਨਾਂ ਤੋਂ ਸਦਕੇ ਹੋ ਜਾਵਾਂਗੇ ਦੋਵੇਂ ਉਸ ਨੂਰ ਚਮਕਦੇ ਮੱਥੇ ਤੋਂ ਸਦਕੇ ਪਤੀ ਜੀਓ ਉਹਨਾਂ ਦਮਗ ਦੇ ਲਾਲਾਂ ਸੋਹਣੇ ਨੈਣਾਂ ਦੇ ਸਾਹਮਣੇ ਸਤ ਲੱਖ ਲੁਟਾ ਦਿਓ ਮੈਂ ਖੁਸ਼ ਮੇਰਾ ਪਤੀ ਖੁਸ਼ ਮੇਰਾ ਗੁਰੂ ਖੁਸ਼ ਮੇਰਾ ਰਬ ਖੁਸ਼ ਦੁਨੀ ਚਾਨ ਨੇ ਆ ਗੁਰੂ ਬਾਬੇ ਨੂੰ ਵੋਟੀ ਦੇ ਬਚਨ ਦੱਸੇ ਇਹਨੇ ਨੂੰ ਭਗਵੰਤੀ ਆਪ ਆ ਗਈ ਚਰਨਾਂ ਤੇ ਸਿਰ ਧਰ ਕੇ ਬੋਲੀ ਉਥੇ ਲਿਖਣ ਹਾਰਾ ਕੂਣ ਸੀ ਮੇਰੇ ਸੋਹਣੇ ਨੈਣਾਂ ਵਾਲਿਆ ਉਥੇ ਤੂੰ ਸਾਡੇ ਮੱਥੇ ਤੇ 7 ਲੱਖ ਲਿਖਿਆ ਸੀ ਇੱਥੇ ਜੇ ਹੁਣ ਲੁਟਾ ਦਈਏ ਤਾਂ ਤੇਰਾ ਦਿੱਤਾ ਲੁੱਟਿੰਦਾ ਹੈ ਕਰਮਾ ਵਾਲਿਆ ਤੇਰਾ ਦਿੱਤਾ ਤੇਰੇ ਨੌਕਰ ਤੇਰੇ ਹੁਕਮ ਤੇ ਲੁਟਾਉਂਦੇ ਹਨ ਸਾਡਾ ਕੀ ਹੈ ਸਾਨੂੰ ਦੇ ਕੋਈ ਸੋਹਣੀ ਦਾਤ ਜੋ ਨਾਲ ਨਿਬੇ ਦੇ ਹੁਣ ਇਹਨਾਂ ਲਸ-ਲਸ ਕਰਦੇ ਜੀਉਂਦੇ ਜਾਗਦੇ ਕੂਲੇ-ਕੂਲੇ ਪਿਆਰ ਦੇ ਤੇ ਚਰਨਾਂ ਦਾ ਪਿਆਰ ਸਾਨੂੰ ਇਹ ਪਿਆਰ ਦੀ ਚੜ੍ਹਨਾਟ ਪਾ ਦੇਣ ਵਾਲੇ ਵਾਕ ਭਾਗਵੰਤੀ ਦੇ ਸੁਣ ਕੇ ਦਾਤੇ ਦੇ ਨੈਣਾ ਵਿੱਚ ਦੋ ਮੋਤੀ ਡਲ ਗਾਏ ਹਾਂਜੀ ਦੁਨੀ ਚੰਨ ਨੇ 7 ਲੱਖ ਉਡਾ ਦਿੱਤਾ ਖੁਸ਼ੀ-ਖੁਸ਼ੀ ਖਿੜੇ-ਖਿੜੇ ਮੱਥੇ ਦੰਪਤੀ ਨੇ ਹੌਕਾ ਨਹੀਂ ਲਿਆ ਕਸੀਸ ਨਹੀਂ ਵਟੀ ਵੱਡਿਆਂ ਦਾ ਜੋੜਿਆ ਆਪਣਾ ਕਮਾ ਕੇ ਸ਼ਹਿਦ ਦੀ ਮੱਖੀ ਵਾਂਗ ਕਿਣਕਾ ਕਿਣਕਾ ਜਮਾ ਕਰਕੇ ਭਰਿਆ ਭਰਾਇਆ ਛੱਤਾ ਬਣ ਦਿੱਤਾ ਭਲੇ ਅਰਥ ਲਾ ਦਿੱਤਾ ਗੁਰੂ ਬਾਬੇ ਨੇ ਡਿੱਠਾ ਜੋ ਇਸ ਦਾ ਹਿਰਦਾ ਸਵਚ ਹੋਇਆ ਹੈ ਇਸ ਨੇ ਇਤਨੀ ਪਾਰੀ ਮਾਇਆ ਮੋਦੀ ਨਾ ਤਰ ਲਈ ਹੈ ਇਸ ਦਾ ਮਨ ਸ਼ੁੱਧ ਹੋਇਆ ਹੈ ਦੁਨੀ ਚੰਦ ਨੇ ਵੀ ਡਿੱਠਾ ਪਾਰ ਲੱਥਾ ਹੈ ਮਨ ਤੋਂ ਮਨ ਹਲਕਾ ਹੋ ਆਇਆ ਹੈ ਤਾਂ ਸੱਚੇ ਪਾਤਸ਼ਾਹ ਨੇ ਹੋਰ ਮਿਹਰ ਕੀਤੀ ਹਾਂ ਗੁਰੂ ਬਾਬਾ ਮਿਹਰ ਦੇ ਘਰ ਆਇਆ ਦੁਨੀ ਚੰਦ ਨੂੰ ਨਾਮ ਬਖਸ਼ਿਆ ਤਦੋਂ ਦੁਨੀ ਚੰਦ ਨਾਮ ਤਰੀਕ ਸਿੱਖ ਹੋਇਆ ਤਬ ਗੁਰੂ ਗੁਰੂ ਲਗਾ ਜਪਣ ਮਿਲ ਸਤ ਸੰਗਤ ਸਮਾ ਬਿਤਾਏ ਸਿਮਰੈ ਵਾਹਿਗੁਰੂ ਸਤ ਨਾਮੂ ਤਜੈ ਬ्यर्थ जे ਕਰਕੇ ਕਾਮੂ ਭਾ ਨਿਹਾਲ ਤਤਕਾਲ ਬਸਾਲਾ ਤਰ ਉਪਦੇਸ਼ ਜੋ ਦਇਓ ਦਿਆਲਾ ਲਾਹੌਰ ਵਿੱਚ ਇੱਕ ਤੁਮ ਮਚ ਗਈ ਦੁਨੀ ਚੰਦ ਪਰਗਣੇ ਦਾ ਹਜ਼ਾਰੇਦਾਰ ਵਿਹਾਰਕਾਰ ਦਾ ਸਰਦਾਰ ਲਖਪਤੀਆ ਸ਼ੌਕਰ ਗੁਰੂ ਨਾਨਕ ਦਾ ਸਿੱਖ ਹੋ ਗਿਆ ਉਸਨੇ ਸਾਰੀ ਆਪਣੀ ਤੇ ਪਹੀੜੀਆਂ ਦੀ ਇਕੱਠੀ ਕੀਤੀ ਮਾਇਆ ਲੁਟਾ ਦਿੱਤੀ ਹੈ ਤੇ ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਪਿਆ ਹੈ। ਇਸ ਮੰਨੇ ਪਰ ਮੰਨੇ ਵੱਡੇ ਆਦਮੀ ਦਾ ਸ਼ਹਿਰ ਦੇ ਵਪਾਰੀਆਂ ਵਿੱਚ ਸਭ ਤੋਂ ਸ਼ਰੋਮਣੀ ਮਨੁੱਖ ਦਾ ਇਤਿਆਹਾਗ ਇੱਕ ਧਮ ਮਚਾ ਗਿਆ। ਗੁਰਨਾਨਕ ਦੀ ਸ਼ਕਤੀ ਦੀ ਕਿ ਉਹਨਾਂ ਦੇ ਹੱਥਾਂ ਵਿੱਚ ਕੀ ਤਾਸੀਰ ਵਸਦੀ ਹੈ ਜਿਸ ਨੇ ਸਿਰ ਤੇ ਧਰਦੇ ਹਨ ਉਸ ਦੀ ਕਾਇਆ ਪਲਟ ਹੋ ਜਾਂਦੀ ਹੈ। ਲੋਕੀ ਲੱਗੇ ਦਰਸ਼ਨ ਨੂੰ ਆਉਣ ਅਨੇਕਾਂ ਹੋਰ ਸਤਨਾਮ ਦੇ ਧਾਰਨੀ ਹੋਏ ਚੰਗਾ ਸਤਸੰਗ ਦਾ ਠਟ ਬਜ ਗਿਆ ਲਾਹੌਰ ਵਿੱਚ ਧਰਮਸਾਲ ਰਚੀ ਗਈ ਤੇ ਸਤਸੰਗ ਦਾ ਪਰਵਾਹ ਟੁਰ ਪਿਆ ਤੇ ਗੁਰੂ ਬਾਬਾ ਜੀ ਇੱਥੋਂ ਫਿਰ ਤਲਵੰਡੀ ਨੂੰ ਚੁੱਪ-ਚੁਪਾ ਤੇ ਵਿਦਾ ਹੋ ਗਏ ਦੁਨੀ ਚੰਦ ਲਾਹੌਰ ਵਿੱਚ ਜਿਵੇਂ ਤਨ ਦੌਲਤ ਦਾ ਇੱਕ ਪ੍ਰਸਿੱਧ ਆਦਮੀ ਸੀ ਹੁਣ ਗੁਰਸਿੱਖੀ ਦਾ ਇੱਕ ਚੋਟੀ ਦਾ ਸਿਤਾਰਾ ਹੋ ਗਿਆ ਜੋ ਬਚਨ ਬਿਲਾ ਸਤਗੁਰਾਂ ਦੇ ਗੁਪਤ ਪ੍ਰਗਟ ਉਸ ਨਾਲ ਹੋਏ ਉਹਨਾਂ ਦਾ ਸਾਰ ਸਤਗੁਰਾਂ ਨੇ 15 ਪੌੜੀਆਂ ਵਿੱਚ ਰਚ ਕੇ ਆਸਾ ਦੀ ਵਾਰ ਵਿੱਚ ਰੱਖਿਆ ਹੈ ਕਿਡਾ ਸੁਭਾਗ ਹੋ ਗਿਆ ਦੁਨੀ ਚੰ ਕਿ ਜਿਸ ਪਰ ਥਾ ਇੱਕ ਬਾਣੀ ਰਚੀ ਗਈ ਤੇ ਜਗਤ ਨੂੰ ਰਸਤਾ ਦਸਣ ਵਾਸਤੇ ਸਦਾ ਲਈ ਸੁਖਦਾਈ ਚਾਨਣ ਮਨਾਰਾ ਬਣੀ ਮਰਨ ਦੇ ਬਾਅਦ ਸਾਡਾ ਕੀ ਹਾਲ ਹੁੰਦਾ ਹੈ ਉਸ ਦਾ ਕਾਰਨ ਕੀ ਹੈ ਉਸ ਤੋਂ ਬਚ ਕੇ ਸੁਖੀ ਹੋਣ ਦਾ ਉਪਰਾਲਾ ਕੀ ਹੈ ਇਸ ਬਾਣੀ ਵਿੱਚ ਸਤਗੁਰਾਂ ਨੇ ਨਿਰੂਪਣ ਕੀਤਾ ਹੈ ਤਨ ਪਾਈ ਦੁਨੀ ਚੰਦ ਆਪ ਤਰਿਆ ਤੇ ਜਗਤ ਨਿਸਤਾਰੇ ਦਾ ਕਾਰਨ ਬਣਿਆ ਤਨ ਪਾਈ ਦੁਨੀ ਚੰਦ ਆਪ ਤਰਿਆ ਤੇ ਜਗਤ ਨਿਸਤਾਰੇ ਦਾ ਕਾਰਨ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ